ਲੇਕਿਨ ਆਵਾਮ ਕਮ ਅਜ਼ ਕਮ ਥੋੜ੍ਹਾ ਈਜ਼ੀ ਤੇ ਚਲੇ ਜਾਣ, ਦੋਵੇਂ ਪਾਸੇ ਟ੍ਰੈਫਿਕ ਇੱਕ ਪਾਸੇ ਛੋੜੀ ਵੀ ਹੈ ਤੇ ਬਿਲਕੁਲ ਹਰ ਰੋਜ਼ ਐਕਸੀਡੈਂਟ, ਹਰ ਰੋਜ਼ 4-5 ਐਕਸੀਡੈਂਟ ਮੇਰੇ ਸਾਹਮਣੇ। ਮਛਲੀ ਚੌਕ ਵੀ ਨਜ਼ਰ ਆਉਣ ਲੱਗੇ ਆ, ਔਰ ਮੇਰੀ ਬਾਈਂ ਤਰਫ ਖਾੜੀ ਇੰਟਰਨੈਸ਼ਨਲ ਬ੍ਰਾਂਡ ਸੀ ਦਿਸਣਾ ਪਿਆ, ਉਧਰ ਅੱਗੇ ਐਸਪਾਇਰ ਸਾਹਮਣੇ ਸੰਗੀ ਬੜੇ ਬੜੇ ਖੱਡੇ ਨਜ਼ਰ ਆਉਣ ਲੱਗੇ ਪਏ, ਔਰ ਇਸ ਤਰ੍ਹਾਂ ਰੋਡ ਬੈਠੀ ਹੈ ਜਿਸ ਤਰ੍ਹਾਂ ਕੋਈ ਜ਼ਲਜ਼ਲਾ ਵਗੈਰਾ ਆਇਆ ਇਸ ਏਰੀਏ ਵਿੱਚ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ, ਮੈਂ ਅਮਰ ਆ, ਤੁਸੀਂ ਆਪਣਾ ਯੂਟਿਊਬ ਚੈਨਲ ਅਮਰ ਵਿਕਾਸ ਅਫੀਸ਼ੀਅਲ ਤੱਕਣ ਲੱਗੇ ਹੋ। ਉਮੀਦ ਕਰਨਾ ਸਾਰੇ ਭੈਣ ਭਰਾ ਠੀਕ ਠਾਕ ਕੁਸ਼ਲ ਲੱਗਾ। ਮੇਰੀ ਦੁਆ ਹੈ ਕਿ ਅੱਲਾਹ ਤਾਲਾ ਸੰਗੀ ਡੇਰ ਖੁਸ਼ੀਆਂ ਨਸੀਬ ਫਰਮਾਇਆ, ਅੱਲਾਹ ਤਾਲਾ ਸੰਗੀ ਦੋਵਾਂ ਜਹਾਨਾਂ 'ਚ ਕਾਮਯਾਬੀਆਂ ਤਾ ਫਰਮਾਇਆ। ਇੱਕ ਹੋਰ ਖੂਬਸੂਰਤ ਜੀ ਵੀਡੀਓ ਲੈ ਕੇ ਸਾਰਿਆਂ ਭੈਣ ਭਰਾਵਾਂ ਦੀ ਖਿਦਮਤ ਵਿੱਚ ਹਾਜ਼ਰ ਹਾਂ। ਜੈਸਾ ਕਿ ਤੁਸੀਂ ਮੇਰੀ ਬੈਕ ਸਾਈਡ 'ਤੇ ਜਾਤਲਾ ਐਡਾਲਾ ਪੁਰਾਣਾ ਪੁੱਲ ਨਜ਼ਰ ਆਉਣ ਗਏ ਆ, ਇਸ ਟਾਈਮ ਜੇਲਮ ਉੱਪਰ ਨਹਿਰ ਉੱਪਰ ਮੈਂ ਖੜ੍ਹਾਂ, ਔਰ ਅੱਜ ਦੀ ਜਿਹੜੀ ਮੈਂ ਵੀਡੀਓ ਸਾਰਿਆਂ ਭੈਣ ਭਰਾਵਾਂ ਨਾਲ ਸ਼ੇਅਰ ਕਰਸਾਂ ਅੱਗੇ ਚੱਲ ਕੇ, ਇਹ ਵੀਡੀਓ ਹੈ ਮੀਰਪੁਰ ਸ਼ਹਿਰ ਨਹੀਂ। ਅੱਜ ਮੈਂ ਜਾ ਰਿਹਾ ਸਾਂ ਮੀਰਪੁਰ ਸ਼ਹਿਰ, ਅਤੇ ਮੈਂ ਸੋਚਿਆ ਕਿਉਂ ਨਾ ਸਾਰਿਆਂ ਭੈਣ ਭਰਾਵਾਂ ਨਾਲ ਮੀਰਪੁਰ ਸ਼ਹਿਰ ਨਾਲ ਵਲਾਗ ਬਣਾ ਕੇ ਸ਼ੇਅਰ ਕਰੀਏ, ਔਰ ਇਨਸ਼ਾਅੱਲਾ ਜੇ ਰਸਤੇ 'ਚ ਜਿਤਨੇ ਗ੍ਰਾਂ ਔਰ ਏਰੀਏ ਆਉਣਗੇ ਉਹ ਵੀ ਅੱਗੇ ਚੱਲ ਕੇ ਸਾਰਿਆਂ ਨਾਲ ਸਟੈਪ ਬਾਈ ਸਟੈਪ ਸ਼ੇਅਰ ਕਰਸਾਂ। ਕਿਉਂਕਿ ਕਾਫੀ ਭੈਣ ਭਰਾ ਇਸ ਟਾਈਮ ਮੇਰੀ ਵੀਡੀਓ ਜਿਹੜੇ ਬਾਹਰ ਬਹਿ ਕੇ ਤੱਕਣ ਅੱਗੇ ਹੋ ਸਨ, ਉਹਨਾਂ ਨਾਲ ਤੱਲਕ ਇਸ ਏਰੀਏ ਨਾਲ ਹੋ ਸੀ, ਤਾਂ ਚਲੋ ਇਸ ਵੀਡੀਓ ਦੀ ਵਸਾਦਤ ਨਾਲ ਉਹ ਅੱਜ ਆਪਣਾ ਗ੍ਰਾਂ ਆਪਣਾ ਬਾਜ਼ਾਰ ਤੱਕ ਸਕਣਗੇ, ਇਹ ਰੋਡਾਂ ਤੱਕ ਸਕਣਗੇ ਜਿਹੜੀਆਂ ਉਹਨਾਂ ਦੀਆਂ ਏਰੀਏ ਨਹੀਂ ਹਨ। ਅਤੇ ਹੁਣ ਵੀਡੀਓ ਨਾਲ ਸਟਾਰਟ ਕਰਨੇ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਅੱਗੇ ਇੱਕ ਛੋਟੀ ਜਿਹੀ ਰਿਕੁਐਸਟ ਹੈ, ਜਿਨ੍ਹਾਂ ਅੱਜ ਤੱਕ ਮੇਰੇ ਚੈਨਲ ਕੀ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਕੀ ਸਬਸਕ੍ਰਾਈਬ ਕਰ ਛੱਡੋ, ਅਤੇ ਨਾਲ ਜਿਹੜਾ ਬੈਲ ਆਈਕਨ ਹੈ ਇਹ ਵੀ ਪ੍ਰੈਸ ਕਰ ਛੱਡੋ। ਕੱਲ੍ਹ ਕਾਫੀ ਤੂਫਾਨੀ ਬਾਰਿਸ਼ ਹੋਈ ਹੈ, ਅਤੇ ਅੱਗੇ ਚੱਲ ਕੇ ਉਹ ਵੀ ਤੁਸੀਂ ਨਾਲ ਡਿਟੇਲ ਨਾਲ ਸ਼ੇਅਰ ਕਰਸਾਂ ਕਿ ਇੱਧਰ ਜਾਤਲਾਂ ਜੋੜੀਆਂ ਵਾਲੀ ਸਾਈਡ 'ਤੇ ਬੇਸ਼ੁਮਾਰ ਪਾਣੀ ਜਿਹੜਾ ਉਹ ਨਾਲਾ ਟੱਪ ਕੇ ਇਹਨਾਂ ਝੁੱਗੀਆਂ ਵਾਲਿਆਂ ਨੇ ਘਰਾਂ ਤੱਕ ਆਇਆ, ਅਤੇ ਇਨਸ਼ਾਅੱਲਾ ਅੱਗੇ ਚੱਲ ਕੇ ਵੀਡੀਓ 'ਚ ਉਹ ਵੀ ਸਾਰੇ ਭੈਣ ਭਰਾਵਾਂ ਨਾਲ ਸ਼ੇਅਰ ਕਰਸਾਂ ਕਿ ਹੁਣ ਕਿ ਲੇਟੈਸਟ ਅਪਡੇਟ ਹੈ ਇਸ ਬਾਰੇ। ਜੈਸਾ ਕਿ ਮੈਂ ਵੀਡੀਓ ਨੇ ਸ਼ੁਰੂ ਤੋਂ ਸਾਰਿਆਂ ਭੈਣ ਭਰਾਵਾਂ ਕੀ ਦੱਸਿਆ ਕਿ ਕੱਲ੍ਹ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ, ਔਰ ਤੁਸੀਂ ਇਸ ਟਾਈਮ ਜੇਲਮ ਉੱਪਰ ਨਹਿਰ ਵਿੱਚ ਵੀ ਨਜ਼ਰ ਆਉਣ ਲੱਗੇ ਅਸੀਂ ਕਿ ਪਾਣੀ ਇਸ ਟਾਈਮ ਨਹਿਰ ਦੇ ਅੰਦਰ ਦੋ ਰੰਗ ਵਿੱਚ ਹੈ, ਉੱਧਰ ਪਾਰਲੀ ਸਾਈਡ 'ਤੇ ਸਾਫ਼ ਪਾਣੀ ਹੈ, ਔਰ ਸੈਂਟਰ ਵਿੱਚ ਤੁਸੀਂ ਨਜ਼ਰ ਆਉਣ ਲੱਗੇ ਆ ਇਸ ਸਾਈਡ 'ਤੇ ਸਾਰਾ ਸਲਾਬੀ ਰੇਲੇ ਨਾਲ ਪਾਣੀ ਹੈ, ਗੰਦਾ ਪਾਣੀ ਹੈ ਜਿਹੜਾ ਨਹਿਰ ਦੇ ਅੰਦਰ ਸ਼ਾਮਿਲ ਹੋ ਚੁੱਕਿਆ, ਔਰ ਇਸ ਸਾਈਡ 'ਤੇ ਵੀ ਤੁਸੀਂ ਨਜ਼ਰ ਆਉਣ ਲੱਗੇ ਆ ਪਾਣੀ ਦੋਵਾਂ ਰੰਗਾਂ 'ਚ ਹੈ ਮੁਕੰਮਲ, ਅਤੇ ਸੁਨਾਮੇ ਹੋਸੀ ਪਿਆ ਤੁਸਾਂ ਜੀ। ਇਸ ਟਾਈਮ ਮੈਂ ਜਾਤਲਾ ਵਾਲੇ ਨਵੇਂ ਪੁੱਲ ਉੱਪਰ ਮੌਜੂਦ ਹਾਂ, ਇਸ ਟਾਈਮ ਸੁਬਹ ਦਾ ਟਾਈਮ ਹੈ ਔਰ ਫਿਲਹਾਲ ਰਸ਼ ਵੀ ਕਾਫੀ ਕਮ ਹੈ, ਤੁਸਾਂ ਕੀ ਪੁੱਲ ਤਾਂ ਨਜ਼ਰ ਆ ਰਿਹਾ। ਕੱਲ੍ਹ ਜਿਹੜੀ ਬਾਰਿਸ਼ ਹੋਈ ਹੈ ਉਸ ਨਾਲ ਮੌਸਮ ਕੁਛ ਕਦਰੇ ਬਿਹਤਰ ਹੋ ਗਿਆ, ਇਹ ਜਿਹੜੀ ਰੋਡ ਜਾਣ ਲੱਗੀ ਉਹ ਜਾਤਲਾ ਬਾਜ਼ਾਰ ਵਾਲੇ ਪਾਸੇ ਜਾਣੀ ਹੈ ਪਈ, ਔਰ ਇਹ ਜਿਸ ਜਗ੍ਹਾ 'ਤੇ ਮੈਂ ਹੁਣ ਮੌਜੂਦ ਹਾਂ ਇਹ ਜਾਤਲਾ ਅੱਡਾ, ਛੋਟਾ ਜਿਹਾ ਬਾਜ਼ਾਰ ਹੈ ਉਸਨੇ ਜਿਵੇਂ ਗੁਜ਼ਰਨ ਲੱਗੇ ਹਾਂ। ਇੱਧਰ ਜਾਤਲਾ ਅੱਡਾ ਦਾ ਮਸ਼ਹੂਰ ਹੋਟਲ ਹੈ ਅਲ ਖਾਲਕ ਰੈਸਟੋਰੈਂਟ, ਤੁਸੀਂ ਨਜ਼ਰ ਆਉਣ ਲੱਗੇ ਅਸੀਂ ਵੀਡੀਓ ਵਿੱਚ।
ਮੈਕਸੀਮਮ ਹੈ ਜ਼ਿਆਦਾ ਲੈ ਡੱਬਾ ਜਿਹੜੀਆਂ ਦੁਕਾਨਾਂ ਨਾ ਉਹ ਸਪੇਅਰ ਪਾਰਟ ਔਰ ਵਰਕਸ਼ਾਪਾਂ ਨੇ ਗੱਡੀਆਂ ਔਰ ਮੋਟਰਸਾਈਕਲਾਂ ਨੇ ਰਿਲੇਟਿਡ। ਇੱਧਰ ਸ਼ਬਾਜ ਰੈਸਟੋਰੈਂਟ ਹੈ, ਇੱਧਰ ਸਿਗਨਾਲਾ ਨਗਰ ਆਉਣ ਅੱਗੇ ਹੈ ਨੀਚੇ ਇਹ ਨਾਲੇ ਜਿਹੜਾ ਪਾਣੀ ਉੱਥੋਂ ਪਿੱਛੋਂ ਟੱਪਿਆ ਜਿਹੜਾ ਜੋੜੀਆਂ ਖਾਨਾ ਬਦੋਸ਼ ਹਨ ਉਹਨਾਂ ਨੇ ਝੁੱਗੀਆਂ 'ਚ ਵੜਿਆ ਕਿਉਂਕਿ ਕੱਲ੍ਹ ਬਹੁਤ ਜ਼ਿਆਦਾ ਬਾਰਿਸ਼ ਹੋਈ ਸੀ ਤੂਫਾਨੀ। ਅੱਜ ਤਾਂ ਪਾਣੀ ਕਾਫੀ ਹੱਦ ਤੱਕ ਖੁਸ਼ਕ ਹੋ ਗਿਆ, ਅਜੇ ਵੀ ਇਸ ਟਾਈਮ ਖੜਾ ਪਾਣੀ ਕਿਸੇ ਕਿਸੇ ਜਗ੍ਹਾ ਦਾ। ਚਿੱਕੜ ਸਿੰਘ ਸ਼ਾਇਦ ਨਜ਼ਰ ਆਉਣ ਅੱਗੇ ਹੋਏ ਇਸ ਟਾਈਮ ਵੀਡੀਓ ਵਿੱਚ। ਇੱਧਰ ਇਹਨਾਂ ਕੱਪੜੇ ਛੱਪੜੇ ਬਾਹਰ ਰੱਖੇ ਨੇ, ਕੱਲ੍ਹ ਹੀ ਝੁੱਗੀਆਂ ਜਿਹੜੀਆਂ ਸੀ ਇਹਨਾਂ ਦੀਆਂ ਤਕਰੀਬਨ ਨਦੀਆਂ ਦੀਆਂ ਡੁੱਬ ਗਈਆਂ ਸੀ। ਕੱਲ੍ਹ ਇਸ ਨੀਚੇ ਗਰਾਊਂਡ ਹੈ ਜੋੜੀਆਂ ਵਾਲਾ ਗਰਾਊਂਡ ਸੀ ਆਣੇ ਨਾ, ਇਹ ਸਾਰਾ ਇਸ ਵਿੱਚ ਪਾਣੀ ਪਾਣੀ ਸੀ ਹੋ ਗਿਆ। ਇਸ ਟਾਈਮ ਇਹ ਇੱਕ ਛੋਟਾ ਜਿਹਾ ਬਾਜ਼ਾਰ ਹੈ ਜੋੜੀਆਂ ਬਾਜ਼ਾਰ, ਪਿੱਛੇ ਜੋੜੀਆਂ ਗ੍ਰਾਮ ਹੀ ਹੈ ਔਰ ਇਹ ਜਿਹੜਾ ਜੋੜੀਆਂ ਬਾਜ਼ਾਰ ਹੈ। ਜ਼ਰੂਰਤ ਦੀ ਜ਼ਿੰਦਗੀ ਦੀਆਂ ਤਕਰੀਬਨ ਹਰ ਸ਼ਾਇ ਇਸ ਬਾਜ਼ਾਰ ਵਿੱਚ ਮਿਲ ਜਾਣੀ ਹੈ। ਅਗਰ ਇਸ ਏਰੀਏ ਦੀ ਆਵਾਮ ਗੀ ਕੁਛ ਹੋਰ ਚੀਜ਼ ਖਰੀਦਣੀ ਹੈ ਜਿਹੜੀ ਇਸ ਬਾਜ਼ਾਰ ਵਿੱਚ ਅਵੇਲੇਬਲ ਨਾ ਹੋਵੇ ਤਾਂ ਫਿਰ ਉਹ ਚਾਤਲਾ ਬਾਜ਼ਾਰ ਨਹੀਂ ਤਰਫ ਰੁੱਖ ਕਰਨੇ। ਇਸ ਟਾਈਮ ਮੈਂ ਚੱਕ ਸਾਗਰ ਗ੍ਰਾਂ ਹੈ ਉੱਪਰ, ਤਾਂ ਇਹ ਛੋਟਾ ਜਿਹਾ ਬਾਜ਼ਾਰ ਹੈ, ਇਸ ਕੀ ਵੈਸਪਾ ਬਾਜ਼ਾਰ ਵੀ ਆਉਣੇ ਔਰ ਚੱਕ ਸਾਗਰ ਬਾਜ਼ਾਰ ਵੀ ਆਉਣੇ। ਇਸ ਬਾਜ਼ਾਰ ਵਿੱਚ ਪਹੁੰਚੇ ਹਾਂ, ਤੁਸੀਂ ਮੇਰੀ ਦਾਏ ਤਰਫ ਦੁਕਾਨਾਂ ਨਜ਼ਰ ਆਉਣ ਲੱਗੀਆਂ, ਛੋਟਾ ਜਿਹਾ ਬਾਜ਼ਾਰ ਹੈ ਔਰ ਬੈਂਕ ਦੀ ਸਹੂਲਤ ਵੀ ਮੌਜੂਦ ਹੈ ਇਸ ਬਾਜ਼ਾਰ ਦੇ ਅੰਦਰ। ਇਸ ਏਰੀਏ ਦੀ ਜਿਹੜੀ ਆਵਾਮ ਹੈ ਉਹ ਵੀ ਜਾਤਲਾ ਬਾਜ਼ਾਰ ਦੀ ਤਰਫ ਹੀ ਰੁਖ ਕਰਦੇ ਹਨ ਅਗਰ ਕੋਈ ਚੀਜ਼ ਹੀ ਨਾ ਖਰੀਦਣੀ ਹੋਵੇ ਤਾਂ। ਔਰ ਇਸ ਟਾਈਮ ਰੋਡ ਉੱਪਰ ਆਸਤਾ ਆਸਤਾ ਟ੍ਰੈਫਿਕ ਵੀ ਨਜ਼ਰ ਆਉਣ ਲੱਗ ਪਈ ਹੈ। ਮੌਸਮ ਜਿਹੜਾ ਇਹ ਵੀ ਬਾਰਿਸ਼ ਨਾਲ ਬਣੇ ਹੈ ਔਰ ਕਿਸੇ ਟਾਈਮ ਧੁੱਪ ਨਿਕਲ ਆਉਣੀ ਹੈ। ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਜਾਮੀਆ ਮਸਜਿਦ ਹੈ ਰੋਡ ਉੱਪਰ ਬਣੀ ਔਰ ਮੇਰੀ ਨੀਚੇ ਸੰਗੀ ਵੈਸਪਾ ਫੈਕਟਰੀ ਨਜ਼ਰ ਆਉਣ ਲੱਗੀ ਹੈ ਕੁਛ ਦੋਰੀ ਜਿੱਥੇ ਮੋਟਰਸਾਈਕਲ ਵੈਸਪਾ ਬਣਨੇ ਹੋਏ ਸੀ ਔਰ ਇੱਧਰ ਨਵਾਂ ਮੈਰਿਜ ਹਾਲ ਬਣੇ ਹੈ ਸਭ ਅੱਛੇ ਨਜ਼ਰ ਆਉਣ ਲੱਗੇ ਹੈ। ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਮੈਰਿਜ ਹਾਲ ਹੈ। ਆਮਰ ਪੈਲਸ ਨੇ ਨਾਂ ਤੋਂ ਇਹ ਮੈਰਿਜ ਹਾਲ ਬਣੇ ਹੈ। ਇੱਧਰ ਵੀ ਦੁਕਾਨਾਂ ਨਜ਼ਰ ਆਉਣ ਲੱਗੀਆਂ ਸੀ। ਉਹ
ਔਰ ਕਾਫੀ ਪਾਪੂਲਰ ਰਿਆਮ ਰੈਸਟੋਰੈਂਟ ਹੈ ਇੱਥੇ ਸਾਹਮਣੇ, ਬਹੁਤ ਹੀ ਸਸਤਾ ਹੋਟਲ ਹੈ। ਜ਼ਿਆਦਾਤਰ ਜਿਹੜੇ ਮੁਸਾਫਰ ਹਨ ਸਪੈਸ਼ਲੀ ਬੜੀਆਂ ਗੱਡੀਆਂ ਵਾਲੇ ਟਰੱਕ ਵਗੈਰਾ ਵਾਲੇ ਉਹ ਇਸ ਹੋਟਲ ਤੋਂ ਅੱਗੇ ਰੈਸਟ ਵਗੈਰਾ ਵੀ ਕਰਨੇ ਨੇ ਔਰ ਰੋਟੀ ਵਗੈਰਾ ਵੀ ਖਾਣੇ। ਔਰ ਮੇਰੀ ਬਾਈ ਤਰਫ ਤੁਸੀਂ ਕੋਰਟ ਦੀ ਬਿਲਡਿੰਗ ਨਜ਼ਰ ਆਉਣ ਲੱਗੀ ਹੈ, ਇਹ ਮੇਨ ਗੇਟ ਹੈ ਕੋਰਟ ਨਾਲ ਔਰ ਰੋਡ ਜਾਣ ਲੱਗੀ ਹੈ, ਸਾਹਮਣੇ ਸੰਗੀ ਨਜ਼ਰ ਆਉਣ ਲੱਗੀ ਹੈ ਕੋਰਟ ਦੀ ਬਿਲਡਿੰਗ। ਯਤੀਮ ਔਰ ਬਿਆਸ ਨਾਲ ਸਪੈਸ਼ਲੀ ਬੱਚਿਆਂ ਵਾਸਤੇ ਇਹ ਅਦਾਰਾ ਬਣੇ ਹੈ ਔਰ ਮੈਕਸੀਮਮ ਜਿਹੜੇ ਇੰਗਲੈਂਡ ਬਹਿ ਕੇ ਭੈਣਾਂ ਭਰਾ ਤੱਕ ਲੱਗੇ ਉਹ ਇਸ ਅਦਾਰੇ ਤੋਂ ਵਾਕਫ ਹੋ ਸਕਦੇ। ਜਿਹੜੀ ਕਸ ਪਹੁੰਚੇ ਹਾਂ ਜਿਹੜੀ ਕਸ ਏਰੀਏ ਵਿੱਚ ਬਾਈ ਤਰਫ ਸੀ ਮਸਟ ਯੂਨੀਵਰਸਿਟੀ ਨੇ ਦਰਵਾਜ਼ਾ ਨਜ਼ਰ ਆਉਣ ਲੱਗੇ ਆ। ਔਰ ਇੱਧਰ ਮੰਗਲਾ ਸਟੀਲ ਮਿਲ ਨਜ਼ਰ ਆਉਣ ਲੱਗੀ ਹੈ ਗੱਡੀਆਂ ਖੜੀਆਂ। ਵੈਲਕਮ ਟੂ ਖਾਲਕਾਬਾਦ, ਇਸ ਟਾਈਮ ਮੈਂ ਖਾਲਕਾਬਾਦ ਪਹੁੰਚ ਆਇਆ। ਯਾਤਰਾ ਤੋਂ ਤਕਰੀਬਨ 18 ਕਿਲੋਮੀਟਰ ਮੀਰਪੁਰ ਵਾਲੀ ਸਾਈਡ ਤਾਂ ਵਾਕਿਆ ਇੱਕ ਛੋਟਾ ਜਿਹਾ ਬਾਜ਼ਾਰ ਹੈ, ਇਸ ਬਾਜ਼ਾਰ ਦਾ ਨਾਂ ਖਾਲਕਾਬਾਦ ਹੈ ਔਰ ਇਸਨੀ ਬੈਕ ਸਾਈਡ ਤਾਂ ਖਾਲਕਾਬਾਦ ਗ੍ਰਾਮ ਹੀ ਹੈ। ਇੱਧਰ ਤੁਸਾਂ ਕਿ ਹੋਟਲ ਵੀ ਨਜ਼ਰ ਆਉਣਗੇ ਨਾ ਔਰ ਸਬਜ਼ੀ ਫਰੂਟ ਦੀਆਂ ਦੁਕਾਨਾਂ। ਚਿਕਨ ਦਾ ਰੇਟ ਇਸ ਟਾਈਮ 600 ਰੁਪਇਆ ਕਿਲੋ ਹੈ। ਇਸ ਟਾਈਮ ਧੁੱਪ ਚੜ੍ਹਾ ਹੀ ਹੈ ਔਰ ਗਰਮੀ ਵੀ ਮਹਿਸੂਸ ਹੋਣਾ ਪਈ ਹੈ ਕਿਉਂਕਿ ਜਿਹੜਾ ਇਹ ਸਾਵਣ ਭਾਦਰੇ ਨੇ ਮਹੀਨੇ ਆਉਣੇ ਨੇ, ਇਹ ਕਾਫੀ ਅਬਸ ਵਾਲੇ ਮਹੀਨੇ ਆਉਣੇ ਨੇ, ਇਹਨਾਂ ਮਹੀਨਿਆਂ 'ਚ ਕਾਫੀ ਗਰਮੀ ਹੋਣੀ ਹੈ। ਔਰ ਮੇਰੀ ਦਾਏ ਤਰਫ ਮੰਗਲਾ ਡੈਮ ਸੀ ਨਜ਼ਰ ਆਉਣ ਲੱਗੀ ਹੈ ਔਰ ਮੰਗਲਾ ਡੈਮ ਇਸ ਟਾਈਮ ਪੂਰੇ ਜੋਬਨ ਵਿੱਚ ਹੈ, ਫੁੱਲ ਹੈ ਇਸ ਟਾਈਮ ਹੋਏ ਆ, ਹਰ ਤਰਫ ਪਾਣੀ ਪਾਣੀ ਨਜ਼ਰ ਆਉਣ ਲੱਗੇ ਹੈ। ਇੱਧਰ ਖਾਲਕਾਬਾਦ ਕ੍ਰਾਸ ਆ ਗਿਆ,
ਮੇਰੀ ਜਿਹੜੀ ਤਾਂ ਤਰਫ ਰੋਡ ਜਾਣੀ ਹੈ ਇਹ ਕੋਟਲੀ ਰੋਡ ਹੈ, ਕੋਟਲੀ ਵਾਲੇ ਪਾਸੇ ਜਾਣੀ ਹੈ, ਔਰ ਸਾਹਮਣੇ ਜਿਹੜੀ ਰੋਡ ਜਾਣ ਲੱਗੀ ਹੈ ਇਹ ਮੀਰਪੁਰ ਸ਼ਹਿਰ ਵਾਲੇ ਪਾਸੇ ਜਾਣ ਲੱਗੀ ਹੈ। ਇਸ ਟਾਈਮ ਮੈਂ ਕੋਟਲੀ ਰੋਡ ਉੱਪਰ ਮੌਜੂਦ ਹਾਂ ਔਰ ਇਹ ਜਿਹੜਾ ਏਰੀਆ ਹੈ ਸੈਕਟਰ F3 ਚ ਆਉਣਾ ਮੀਰਪੁਰ ਨੇ ਸ਼ੁਰੂ ਵਿੱਚ ਪਹਿਲਾ ਸੈਕਟਰ ਹੈ। ਜੈਸਾ ਕਿ ਤੁਸੀਂ ਮੇਰੀ ਬੈਕ ਸਾਈਡ ਤਾਂ ਰੋਡ ਦੀ ਕੰਡੀਸ਼ਨ ਨਜ਼ਰ ਆਉਣ ਲੱਗੀ ਹੈ, ਇਹ ਮੇਨ ਰੋਡ ਹੈ ਜਿਹੜੀ ਮੀਰਪੁਰ ਸ਼ਹਿਰ ਆਉਣੀ ਹੈ, ਔਰ ਤੁਸਾਂ ਕਿ ਬੈਕ ਸਾਈਡ ਨੇ ਕੈਮਰੇ ਤੋਂ ਵੀ ਨਜ਼ਰ ਆਉਣ ਲੱਗੀ ਹੈ ਕਿ ਗੱਡੀਆਂ ਜਾਣ ਲੱਗੀਆਂ ਹਨ, ਔਰ ਸਾਹਮਣੇ ਵੀ ਨਜ਼ਰ ਆਉਣ ਲੱਗੀ ਹੈ ਰੋਡ ਜਿਹੜੀ ਹੈ ਇੱਥੋਂ ਟੁੱਟ ਗਈ ਹੈ। ਕਾਫੀ ਦਿਨਾਂ ਤੋਂ ਇਹ ਰੋਡ ਖਰਾਬ ਹੋਈ ਸੀ ਤਾਂ ਮੈਂ ਇੱਧਰ ਅੱਜ ਆਏ ਸਾਂ ਮੀਰਪੁਰ ਤੋਂ, ਮੈਂ ਸੋਚਿਆ ਕਿ ਇਸ ਏਰੀਏ ਦੀ ਵੀਡੀਓ ਬਣਾ ਕੇ ਅਤੇ ਸਾਰਿਆਂ ਭੈਣ ਭਰਾਵਾਂ ਸ਼ੇਅਰ ਕਰੀਏ। ਜੈਸਾ ਕਿ ਤੁਸੀਂ ਨਜ਼ਰ ਆਉਣ ਲੱਗੇ ਆ ਇਹ ਰੋਡ ਅੱਜ ਤੋਂ ਤਕਰੀਬਨ 6 ਮਹੀਨੇ ਸਾਲ ਪਹਿਲਾਂ ਵੀ ਇਹੀ ਕੰਮ ਹੋਇਆ ਸੀ, ਇਹ ਰੋਡ ਬਹਿ ਗਈ ਸੀ। ਇਹਦੇ ਤੁਸੀਂ ਨਜ਼ਰ ਆਉਣ ਲੱਗੇ ਆ ਮੁਕੰਮਲ ਬਹਿ ਗਈ ਹੈ, ਇਹਦੇ ਦਰਾੜਾਂ ਪੈ ਗਈਆਂ, ਇਹ ਸਾਹਮਣੇ ਤੁਸੀਂ ਨਜ਼ਰ ਆਉਣ ਲੱਗੇ ਆ ਜਿਸ ਨੇ ਵਜ੍ਹਾ ਤੂੰ ਇੱਧਰ ਅੱਗੇ ਮਿੱਟੀ ਸੱਟ ਕੇ ਤਾਂ ਇਹ ਟਰੈਕ ਬੰਦ ਕਰ ਛੁੜਿਆ ਨੇ, ਔਰ ਆਉਣੇ ਜਾਣੇ ਲਈ ਜਿਹੜੀ ਟ੍ਰੈਫਿਕ ਹੈ ਮੁਕੰਮਲ ਪਾਰਲੀ ਸਾਈਡ ਤੋਂ ਪਾ ਛੁੜੀ ਨੇ। ਇਸ ਸਾਈਡ ਤੋਂ ਵੀ ਕੋਈ ਅਸਰ ਹੋਇਆ ਸੀ ਪਰ ਇੱਧਰ ਮਿੱਟੀ ਛਿੱਟੀ ਪਾ ਕੇ ਅਤੇ ਇਹ ਬਰਾਬਰ ਕਰ ਛੁੜਿਆ ਨੇ ਲੇਵਲ, ਕਿਉਂਕਿ ਟ੍ਰੈਫਿਕ ਨਾ ਬੰਦ ਹੋਵੇ। ਇਹ ਮੁਕੰਮਲ ਏਰੀਏ 'ਚ ਪਹਾੜ ਪੈ ਗਏ ਜੈਸਾ ਕਿ ਤੁਸੀਂ ਨਜ਼ਰ ਆਉਣ ਲੱਗੇ ਆ ਵੀਡੀਓ ਦੇ ਅੰਦਰ। ਅੱਗੇ ਬਹੁਤ ਬੜਾ ਜਿਹੜਾ ਕਹਿ ਲਓ ਕਿ ਬਹੁਤ ਬੜੀ ਚੋਹ ਪੈ ਗਈ ਹੈ, ਇੱਥੋਂ ਸੜਕ ਬਹਿ ਗਈ ਹੈ, ਔਰ ਇਸ ਨਿੱਕੇ ਮੇਨ ਵਜ੍ਹਾ ਇਹ ਅੱਜ ਤੱਕ ਨਹੀਂ ਸਮਝ ਆ ਸਕੀ। ਇਸ ਅੱਜ ਤੋਂ ਪਹਿਲਾਂ ਵੀ ਇਹ ਕੰਮ ਹੋਇਆ ਸੀ ਤਾਂ ਅਗੈਨ ਸਾਲ ਪਹਿਲਾਂ ਵੀ ਇਹ ਕੰਮ ਹੋਇਆ ਸੀ ਤਾਂ ਅਗੈਨ ਇੱਕ ਦਫ਼ਾ ਫਿਰ ਸੇਮ ਉਹੀ ਸੂਰਤ ਹਾਲ ਇਸ ਜਗ੍ਹਾ ਤੋਂ ਹੋਈ ਹੈ। ਸਾਹਮਣੇ ਤੁਸੀਂ ਕਿ ਬੜੇ ਬੜੇ ਖੱਡੇ ਨਜ਼ਰ ਆਉਣ ਲੱਗੇ ਹਨ ਪਏ, ਔਰ ਇਸ ਤਰ੍ਹਾਂ ਰੋਡ ਬੈਠੀ ਹੈ ਜਿਸ ਤਰ੍ਹਾਂ ਕੋਈ ਜ਼ਲਜ਼ਲਾ ਵਗੈਰਾ ਆਇਆ ਇਸ ਏਰੀਏ ਵਿੱਚ। ਸਾਹਮਣੇ ਤੁਸੀਂ ਨਜ਼ਰ ਆਉਣ ਲੱਗੇ ਆ ਕਿ ਸੂਰਤ ਹਾਲ ਹੋ ਗਈ ਹੈ ਇਸ ਰੋਡ ਨੇ। ਮੈਂ ਇੱਥੇ ਇਸ ਟਾਈਮ ਮੌਜੂਦ ਹਾਂ ਜੈਸਾ ਕਿ ਤੁਸੀਂ ਵੀਡੀਓ ਦੇਖੀ ਹੈ ਕੈਸੇ F3 ਨੀ ਏਰੀਏ ਨੀ ਰੋਡ ਜਿਹੜੀ ਹੈ ਇਹ ਬਹਿ ਗਈ ਹੈ, ਔਰ ਇੱਥੇ ਮੇਰੇ ਨਾਲ ਮੀਰਪੁਰ ਸ਼ਹਿਰ ਨੇ ਮੁਕਾਮੀ ਰਿਹਾਇਸ਼ੀ ਮੌਜੂਦ ਹਨ ਭਾਈ ਸਾਹਿਬ ਦਾ, ਇਹਨਾਂ ਕੋਲੋਂ ਕੁਝ ਮਾਲੂਮਾਤ ਲੈਣੇ ਆ ਕਿ ਇਹ ਆਖਰ ਕਿਉਂ ਬਾਰ ਬਾਰ ਇਹ ਐਕਸੀਡੈਂਟ ਹੋ ਰਿਹਾ, ਕਿਉਂ ਰੋਡ ਬਲਾਕ ਹੋ ਰਹੀ ਹੈ, ਔਰ ਇਸ ਟਾਈਮ ਰੋਡ ਵੀ ਤਕਰੀਬਨ ਸਿੰਗਲ ਕਰ ਛੁੜੀ ਨੇ ਔਰ ਕਾਫੀ ਤੰਗ ਰੋਡ ਹੋ ਗਈ ਹੈ। ਜੈਸਾ ਕਿ ਸਾਰਿਆਂ ਭੈਣ ਭਰਾਵਾਂ ਨੂੰ ਪਤਾ ਕਿ ਇਸ ਰੋਡ ਉੱਪਰ ਕਾਫੀ ਹੈਵੀ ਟ੍ਰੈਫਿਕ ਹੋਣੀ ਹੈ ਹਰ ਟਾਈਮ, ਅਤੇ ਇਹ ਮੇਰੇ ਨਾਲ ਇਸ ਟਾਈਮ
ਮੌਜੂਦ ਹਨ ਭਾਈ ਸਾਹਿਬ, ਤੇ ਇਹਨਾਂ ਨਾਲ ਮਜ਼ੀਦ ਗੱਲਬਾਤ ਕਰਨੇ ਆ। ਜੀ ਸਰ, ਕੀ ਨਾਮ ਸੁਣਾ? ਸਰ ਮਾੜਾ ਨਾਮ ਨਸੀਰ, ਨਸੀਰ ਮਾੜਾ ਨਾਮ ਹੈ ਸਰ। ਇਹ ਰੋਡ ਟੁੱਟੀ ਵੀ ਤਕਰੀਬਨ 20 ਦਿਨ ਹੋਈ ਹੈ, ਬਣਾਉਣੇ ਵਾਲਾ ਤਾਂ ਇਸਕੀ ਹੈ ਹੀ ਕੋਈ ਨਹੀਂ ਨਾ ਸਰ। ਤੇ ਇਹ ਦੋਵੇਂ ਪਾਸੇ ਨੇ ਟ੍ਰੈਫਿਕ ਇੱਕ ਸਾਈਡ ਪਰ ਛੋੜੀ ਵੀ ਹੈ ਨਾ, ਰੋਜ਼ ਐਕਸੀਡੈਂਟ ਹੋ ਰਹੇ ਨੇ ਤੇ ਗੱਡੀਆਂ ਆਪਸ ਵਿੱਚ ਟੱਕਰ ਰਹੀਆਂ, ਮੋਟਰਸਾਈਕਲ ਟੱਕਰ ਰਹੇ ਨੇ। ਉਸ ਦਿਨ ਇੱਥੇ ਇਤਨਾ ਖਤਰਨਾਕ ਐਕਸੀਡੈਂਟ ਹੋ ਗਿਆ ਸ਼ਾਮ ਦਾ ਟਾਈਮ, ਇਹ ਰੋਡ ਸਰ ਇਤਨੀ ਟ੍ਰੈਫਿਕ ਇੱਥੇ ਜ਼ਿਆਦਾ ਹੋਣੀ ਹੈ ਨਾ, ਸ਼ਾਮ ਦਾ ਟਾਈਮ ਉਸ ਦਿਨ ਇੱਕ ਐਕਸੀਡੈਂਟ ਹੋਇਆ, ਬੱਚਾ ਬਾਲ ਬਾਲ ਬੱਚਿਆ, ਸਮਝੋ ਕਿ ਮਰਨ ਵਾਲੀ ਸਟੇਜ ਪਰ ਇੱਕ ਬੱਚਾ ਚਲਾ ਗਿਆ। ਤੇ ਇਸ ਟਾਈਮ ਤੁਸੀਂ ਰੋਡ ਦੀ ਪੋਜੀਸ਼ਨ ਦੇਖੋ, ਇਸ ਟਾਈਮ ਤਾਂ ਰਸ਼ ਕੋਈ ਨਹੀਂ, ਸ਼ਾਮ ਦਾ ਟਾਈਮ ਇਤਨੇ ਜ਼ਿਆਦਾ ਰਸ਼ ਹੋਣੀ ਹੈ ਕਿ ਇਹ ਰੋਡ ਇੱਥੋਂ ਲੈ ਕੇ ਇਹਨਾਂ ਅਜਵਾ ਗਾਰਡਨ ਤੱਕ ਇਹਨਾਂ ਇਹ ਰੋਡ ਇੱਕ ਸਾਈਡ ਪਰ ਦੋਹੇ ਟ੍ਰੈਫਿਕ ਛੋੜੇ ਹੋਏ ਨੇ। ਹਾਲਾਂਕਿ ਇੱਥੋਂ ਯੂ ਟਰਨ ਬਣੀ ਸਕਣਾ ਸਰਕਾਰ, ਤੁਸੀਂ ਦੇਖੀ ਸਕਦੇ ਹੋ ਇੱਥੋਂ ਆਰਾਮ ਨਾਲ ਯੂ ਟਰਨ ਦੇਈ ਤੇ ਇਹ ਉਸ ਪਾਸੇ ਨੇ ਗੱਡੀਆਂ ਸਾਰੇ ਉਧਰ ਟੋਰੀ ਸਕਣ, ਲੇਕਿਨ ਇਹਨਾਂ ਲੋਕਾਂ ਨੇ ਨਾ ਇਹ ਲਈ ਤੱਕੋ ਇਤਨਾ ਥੋੜਾ ਜਿਹਾ ਯੂ ਟਰਨ ਇਹਨਾਂ ਨਹੀਂ ਬਣਾਇਆ, ਟ੍ਰੈਫਿਕ ਦੋਹੇ ਰੋਡ ਨਹੀਂ ਇੱਕ ਪਾਸੇ ਛੋੜੀ ਵੀ ਹੈ। ਤੇ ਸਰ ਇਸ ਟਾਈਮ ਤੇ ਇਤਨਾ ਟ੍ਰੈਫਿਕ ਨਹੀਂ ਹੈ, ਲੇਕਿਨ ਸ਼ਾਮ ਦੇ ਟਾਈਮ ਤੁਸੀਂ ਅੱਛੀ ਸਕਣੇ ਹੋ, ਇਸਕੀ ਦੇਖੀ ਸਕਣੇ ਹੋ, ਬਹੁਤ ਜ਼ਿਆਦਾ ਇੱਥੇ ਆਵਾਮ ਕੀ ਮੋਟਰਸਾਈਕਲ ਆ ਲੇਗੀ, ਗੱਡੀਆਂ ਲੇਗੀ, ਇਤਨੇ ਜ਼ਿਆਦਾ ਤਕਲੀਫ ਹੈ ਕਿ ਸਰ ਜਿਸ ਦਾ ਕੋਈ ਹਿਸਾਬ ਨਹੀਂ ਹੈ। ਇਹ ਤੁਸੀਂ ਰੋਡ ਦੇ ਹਾਲਾਤ ਦੇਖੋ, ਤਕਰੀਬਨ ਮਹੀਨਾ ਹੋਣੇ ਵਾਲਾ ਹੈ, ਇਸਕੀ ਕੋਈ ਹੱਦ ਲਾਣੇ ਵਾਲਾ ਨਹੀਂ ਹੈ ਸਰ। ਇਹ ਕੋਟਲੀ ਨੇ ਮੇਨ ਰੋਡ ਹੈ, ਮੀਰਪੁਰ ਸ਼ਹਿਰ ਦਾ ਮੇਨ ਰੋਡ ਹੈ, ਇਸ ਨੇ ਇਹ ਪੋਜੀਸ਼ਨ ਇਹ ਹਾਲ ਹੈ ਸਰ। ਫਿਰ ਸਾਡਾ ਤੁਸੀਂ ਇਸ ਟਾਈਮ ਉਹ ਉੱਥੇ ਤੱਕ ਤੱਕ ਉਹ ਰੋਡ ਉਹ ਅੱਗੇ ਤੱਕ। ਅੱਛਾ ਨਸੀਰ ਸਾਹਿਬ, ਇੱਕ ਚੀਜ਼ ਹੋਰ ਪੁੱਛਣੀ ਹੈ ਕਿ ਆਖਰ ਇਹ ਬਾਰ ਬਾਰ ਕਿਉਂ ਰੋਡ ਪੈ ਸਕਦੀ ਸਰ? ਇਹ ਰੋਡ ਇਸਨੇ ਨਾਲੀ ਕੋਈ ਨਹੀਂ ਬਣਾਈ ਵੀ, ਰੋਡ ਇਹਨਾਂ ਬਣਾਇਆ ਵਾ, ਇਹ ਨਾਲੀ ਇਸਨੇ ਕੋਈ ਨਹੀਂ ਬਣਾਈ ਵੀ, ਉਹ ਨਾਲੀ ਤੁਸੀਂ ਦੇਖ ਸਕਦੇ ਹੋ ਕੱਚੀ ਨਾਲੀ ਛੋੜੀ ਵੀ, ਉਹ ਪਾਣੀ ਉਧਰੋਂ ਆਉਣਾ ਸ਼ਹਿਰ ਨਾਲ, ਪਾਣੀ ਸਾਰਾ ਥੱਲੇ ਅੰਦਰ ਵੜੀ ਜਾਣਾ ਤੇ ਰੋਡ ਬਹੀ ਜਾਣੀ ਉੱਪਰ। ਇਹਨਾਂ ਇਤਨਾ ਬੜਾ ਰੋਡ ਬਣਾਉਣਾ, ਬਾਰ ਬਾਰ ਬਣਾਉਣਾ, ਤਾਂ ਉਸਨੇ ਨਾਲੀ ਵੀ ਇੱਕ ਬਣਾਉਣਾ, ਪੱਕੀ ਨਾਲੀ ਬਣਾਓ ਤਾਂ ਕਿ ਉਹ ਰੋਡ ਪਾਣੀ ਅੰਦਰ ਨਾ ਆਵੇ, ਪਾਣੀ ਅਪਰੂ ਨਾਲੀ ਪਰ ਗੁਜ਼ਰੇ। ਇਹਨਾਂ ਕਿਹਾ ਕੀਤਾ ਕਿ ਸਰ ਨਾਲੀ ਕੱਚੀ ਛੋੜੀ ਵੀ ਹੈ, ਪਾਣੀ ਉਧਰ ਸ਼ਹਿਰ ਨਾਲ ਸਾਰਾ ਆ ਰਿਹਾ, ਉਹ ਇਸ ਰੋਡ ਦੇ ਅੰਦਰ ਜਾ ਰਿਹਾ, ਪੂਰੀ ਰੋਡ ਤੁਸੀਂ ਤਾਂ ਤੱਕੋ ਨਾ, ਇਤਨੀ ਰੋਡ ਕਿਉਂ ਬਹਿਣੀ ਹੈ? ਪਾਣੀ ਥੱਲੇ ਜਾਣ ਦੀ ਵਜ੍ਹਾ ਤੂੰ ਰੋਡ ਅਪਰੂ ਬਹਿ ਜਾਣੀ ਹੈ। ਉਸ ਤੋਂ ਬਾਅਦ ਵੀ ਇਸਕੀ ਹੱਦ ਲਾਣੇ ਵਾਲਾ ਕੋਈ ਨਹੀਂ ਕਿ ਆਣੇ ਬਾਰਿਸ਼ਾਂ ਖਲਸਨ, ਖਲਸਨ ਕਦੋਂ ਬਾਰਿਸ਼ਾਂ ਖਲਸਨ? ਇੱਥੋਂ ਯੂ ਟਰਨ ਦੇ ਦੇਣ ਨਾ ਸਰ, ਯੂ ਟਰਨ ਦੇ ਦੇਣ, ਆਵਾਮ ਕਮ ਅਜ਼ ਕਮ ਥੋੜਾ ਈਜ਼ੀ ਤੇ ਚਲੇ ਜਾਣ, ਦੋਵੇਂ ਪਾਸੇ ਟ੍ਰੈਫਿਕ ਇੱਕ ਪਾਸੇ ਛੋੜੀ ਵੀ ਹੈ ਤੇ ਬਿਲਕੁਲ ਹਰ ਰੋਜ਼ ਐਕਸੀਡੈਂਟ, ਹਰ ਰੋਜ਼ 4-5 ਐਕਸੀਡੈਂਟ ਮੇਰੇ ਸਾਹਮਣੇ ਹੋ ਰਹੇ ਨੇ। ਤੇ ਚਲੋ ਇਹ ਤਾਂ ਫਿਲਹਾਲ ਅਗਰ ਖਰਾਬ ਹੈ ਨਾ ਕੰਮ ਕਰਨੇ, ਤੇ ਇੱਥੇ ਯੂ ਟਰਨ ਦੇ ਕੇ ਆਵਾਮ ਕੀ ਥੋੜਾ ਈਜ਼ੀ ਕਰਨ ਨਾ, ਥੋੜਾ ਰਿਲੈਕਸ ਕਰਨ। ਚਲੋ ਇਤਨਾ ਹੈ ਕਿ ਦੋਵੇਂ ਇੱਕ ਪਾਸੇ ਆਵਣ, ਲੇਕਿਨ ਇਸ ਤੋਂ ਉੱਪਰੇ ਤੇ ਥੋੜੇ ਮੋਟਰਸਾਈਕਲ ਵਾਲੇ, ਗੱਡੀ ਵਾਲੇ ਈਜ਼ੀ ਚੱਲਣ ਨੂੰ, ਬਹੁਤ ਜ਼ਿਆਦਾ ਤਕਲੀਫ ਹੈ ਸਰ ਲੋਕਾਂ ਕੀ। ਤੇ ਆਵਾਮੀ ਨੁਮਾਇੰਦਾ ਕੋਈ ਹੈ ਹੀ ਨਹੀਂ, ਕੋਈ ਬੋਲਣ ਵਾਲਾ ਹੀ ਨਹੀਂ ਹੈ, ਨਾ ਰੋਡ ਨਾ ਕੋਈ ਹਾਲ ਪੁੱਛਣੇ ਵਾਲਾ ਹੈ, ਬਸ ਆਵਾਮ ਕੇ ਅੱਗੇ ਲਾਏ ਨੇ ਸਰ। ਹੁਣ ਚੱਲਨੇ ਆ ਅੱਗੇ ਮੀਰਪੁਰ ਬਾਜ਼ਾਰ, ਤੇ ਬਾਕੀ ਗੱਲਬਾਤ ਰਾਸਤੇ 'ਚ ਹੋਣੀ ਹੈ, ਤਾਂ ਹੋਰ ਤੁਸੀਂ ਕੀ ਕਰਾਉਣੇ ਆ ਬਾਕੀ ਮੀਰਪੁਰ ਬਾਜ਼ਾਰ ਨਹੀਂ ਸ਼ਹਿਰ? ਇਸ ਟਾਈਮ ਮੈਂ ਨਿਊ ਸਿਟੀ ਦਾ ਜਿਹੜਾ ਪਹਿਲਾ ਚੌਕ ਹੈ ਉਸ ਨਾਲ ਪਹੁੰਚੇ ਹਾਂ, ਔਰ ਇਹ ਸੈਕਟਰ F3 ਇਹਨਾਂ ਏਰੀਆ। ਮੀਰਪੁਰ ਬਾਜ਼ਾਰ ਨਾ ਪ੍ਰੋਪਰ ਬਕਾਇਦਾ ਆਵਾਜ਼ ਹੋ ਚੁੱਕੀ ਹੈ ਇਸ ਟਾਈਮ, ਔਰ ਮੇਰੀ ਦਾਏ ਔਰ ਬਾਏ ਤਰਫ ਤੁਸਾਂ ਕੀ ਦੁਕਾਨਾਂ ਵਗੈਰਾ ਨਜ਼ਰ ਆਉਣ ਲੱਗੀਆਂ। ਮਾਸ਼ਾਅੱਲਾ ਬੜੀਆਂ ਬੜੀਆਂ ਬਿਲਡਿੰਗਾਂ ਮੌਜੂਦ ਹਨ ਜੀ ਮੀਰਪੁਰ ਸ਼ਹਿਰ ਵਿੱਚ, ਇਸ ਵਜ੍ਹਾ ਤੋਂ ਇਸਕੀ ਮਿੰਨੀ ਲੰਦਰ ਵੀ ਕਿਹਾ ਜਾਣਾ ਹੈ। ਔਰ ਕਸ਼ਮੀਰ ਨਾ ਤੁਸੀਂ ਇਸਕੀ ਅਮੀਰ ਤਰੀਨ ਸ਼ਹਿਰ ਵੀ ਆ ਸਕਦੇ ਹੋ।
ਇਸ ਟਾਈਮ ਮੈਂ ਮੀਰਪੁਰ ਨਿਊ ਸਿਟੀ ਨੇ ਦੂਸਰੇ ਚੌਕੀ 'ਚ ਪਹੁੰਚੇ ਹਾਂ ਔਰ ਇੱਧਰ ਨਿਊ ਸਿਟੀ ਨਾਲ ਮੈਨ ਗੇਟ ਹੈ ਔਰ ਪੁਰਾਣੀ ਚੁੰਗੀਨਾ ਏਰੀਆ ਆ ਗਿਆ ਕਾਫੀ ਰਸ਼ ਪਾਇਆ ਜਾਣਾ ਇਸ ਏਰੀਏ ਵਿੱਚ ਕਾਫੀ ਸਾਲ ਪਹਿਲਾਂ ਇੱਥੇ ਇੱਕ ਚੁੰਗੀ ਆਉਣੀ ਸੀ ਟੈਕਸ ਵਗੈਰਾ ਕਲੈਕਟ ਕਰਨੇ ਵਾਸਤੇ ਗੱਡੀਆਂ ਕੋਲੋਂ ਟੈਕਸ ਲੈਣੇ ਸਨ ਤਾਂ ਇਸ ਵਜ੍ਹਾ ਤੋਂ ਇਸਨੇ ਨਾ ਜਿਹੜਾ ਪੁਰਾਣੀ ਚੁੰਗੀ ਪੈ ਗਏ ਆ ਸੰਗੀ ਹੋਟਲ ਵੀ ਨਜ਼ਰ ਆਉਣ ਲੱਗੇ ਨੇ ਇਸ ਏਰੀਏ 'ਚ ਸਵੀਟਸ ਦੀਆਂ ਦੁਕਾਨਾਂ ਵੀ ਨਜ਼ਰ ਆਉਣ ਲੱਗੀਆਂ ਹਨ ਔਰ ਮੀਰਪੁਰ ਸ਼ਹਿਰ ਨਾਲ ਕਾਫੀ ਜਿਹੜਾ ਫੇਮਸ ਏਰੀਏ ਉਹਨਾਂ ਵਿੱਚੋਂ ਇੱਕ ਏਰੀਆ ਸਾਹਮਣੇ ਵੀ ਤੁਸੀਂ ਕੀ ਬੜੀਆਂ ਬੜੀਆਂ ਬਿਲਡਿੰਗਾਂ ਨਜ਼ਰ ਆ ਰਹੀਆਂ ਹਨ ਮਾਸ਼ਾਅੱਲਾ ਮੀਰਪੁਰ ਸ਼ਹਿਰ ਦੀਆਂ ਕਿਆ ਬਾਤਾਂ ਨੇ ਜੀ ਇਸ ਟਾਈਮ ਮੈਂ ਸੈਕਟਰ F1 ਵਿੱਚ ਦਾਖਲ ਹੋ ਚੁੱਕਿਆ ਦੋਵਾਂ ਸਾਈਡ ਤੋਂ ਤੁਸੀਂ ਟ੍ਰੈਫਿਕ ਦੀ ਸੂਰਤ ਹਾਲ ਨਜ਼ਰ ਆਉਣ ਲੱਗੀ ਹੈ ਦਿਨ ਵੈ ਰਾਤ ਵੈ ਇਸ ਰੋਡ ਉੱਪਰ ਹਰ ਟਾਈਮ ਟ੍ਰੈਫਿਕ ਮੌਜੂਦ ਰਹਿਣੀ ਹੈ ਔਰ ਦੁਕਾਨਾਂ ਵੀ ਤਕਰੀਬਨ ਇਸ ਟਾਈਮ ਓਪਨ ਹੋਣੀਆਂ ਸ਼ੁਰੂ ਹੋ ਚੁੱਕੀਆਂ ਬਾਜ਼ਾਰ ਨੇ ਅੰਦਰ ਇੱਧਰ ਸੰਗੀ ਹੋਟਲ ਵੀ ਨਜ਼ਰ ਆਉਣ ਲੱਗੇ ਨਾ ਬੇਕਰੀਆਂ ਵੀ ਨਜ਼ਰ ਆਉਣ ਲੱਗੀਆਂ ਨਾ ਮੀਰਪੁਰ ਬਾਜ਼ਾਰ ਵਿੱਚ ਹਰ ਚੀਜ਼ ਅਵੇਲੇਬਲ ਆ ਸਾਹਮਣੇ ਦੱਸਾਂ ਕਿ ਕੇਕਸ ਐਂਡ ਬੇਕਸ ਵੀ ਨਜ਼ਰ ਆਉਣ ਲੱਗੀ ਹੈ ਇਹ ਜਿਤਨਾ ਏਰੀਆ ਸੈਕਟਰ F1 ਏਰੀਆ ਜਿਸ ਟਾਊਨ ਮੈਂ ਸਫ਼ਰ ਇਸ ਟਾਈਮ ਕਰਨ ਲੱਗੇ ਹਾਂ ਵਪਾਰ ਵਿੱਚ ਸੰਗੀ ਦੁਕਾਨਾਂ ਨਜ਼ਰ ਆਉਣ ਲੱਗੀਆਂ ਮਾਸ਼ਾਅੱਲਾ ਸਾਹਮਣੇ ਸੰਗੀ KFC ਨਜ਼ਰ ਆਉਣ ਲੱਗੀ ਹੈ
ਇਸ ਟਾਈਮ ਮੈਂ ਮੈਗਾ ਮਾਰਟ ਵਾਲੀ ਚੌਕ ਵਿੱਚ ਪਹੁੰਚਿਆ ਔਰ ਮੇਰੇ ਸਾਹਮਣੇ ਸੰਗੀਤ ਸਟੇਡੀਅਮ ਨੂੰ ਨਜ਼ਰ ਆਉਣ ਲੱਗੇ ਹੈ। ਮੇਰੀ ਦਾਏ ਤਰਫ ਆਜ਼ਾਦ ਮੈਗਾ ਮਾਰਟ ਹੈ, ਔਰ ਦੀਗਰ ਦੁਕਾਨਾਂ ਵੀ ਤੁਸੀਂ ਨਜ਼ਰ ਆਉਣ ਲੱਗੀਆਂ। ਮੀਰਪੁਰ ਨਾ ਫੇਮਸ ਤਰੀਨ ਏਰੀਆ ਹੈ ਜਿਸ ਵਿੱਚ ਮੈਂ ਹੁਣ ਸਫ਼ਰ ਆਪਣਾ ਤੈਅ ਕਰਨ ਲੱਗੇ ਹਾਂ। ਸਾਹਮਣੇ ਸੰਗੀ ਮੱਛਲੀ ਚੌਕ ਵੀ ਨਜ਼ਰ ਆਉਣ ਲੱਗੇ ਹੈ ਔਰ ਮੇਰੀ ਬਾਈ ਤਰਫ ਖਾਡੀ ਇੰਟਰਨੈਸ਼ਨਲ ਬ੍ਰਾਂਡ ਸੰਗੀ ਦਿਸਣਾ ਪਿਆ, ਉੱਧਰ ਅੱਗੇ ਐਸਪਾਇਰ ਹੈ। ਅੱਜ ਦੀ ਵੀਡੀਓ ਨਾਲ ਇੱਥੇ ਇਖਤਤਾਮ ਕਰਨੇ ਹਾਂ। ਉਮੀਦ ਕਰਨਾ ਅੱਜ ਦੀ ਮੇਰੀ ਵੀਡੀਓ ਸਾਰੇ ਭੈਣ ਭਰਾਵਾਂ ਕੀ ਪਸੰਦ ਆਈ ਹੋਸੀ। ਅਗਰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਮੇਰੀ ਵੀਡੀਓ ਕੀ ਜ਼ਿਆਦਾ ਸੇ ਜ਼ਿਆਦਾ ਲਾਈਕ ਕਰੋ, ਸ਼ੇਅਰ ਕਰੋ ਆਪਣੇ ਭੈਣਾਂ ਭਰਾਵਾਂ 'ਚ, ਆਪਣੇ ਦੋਸਤਾਂ 'ਚ, ਤਾਂ ਬਹੁਤ ਜਲਦ ਨਈ ਵੀਡੀਓ ਲੈ ਕੇ ਦੁਬਾਰਾ ਸਾਰਿਆਂ ਭੈਣ ਭਰਾਵਾਂ ਦੀ ਖਿਦਮਤ ਵਿੱਚ ਹਾਜ਼ਰ ਹੋ ਸਾਂ। ਜਿਨ੍ਹਾਂ ਭੈਣਾਂ ਭਰਾਵਾਂ ਅੱਜ ਤੱਕ ਮੇਰੇ ਚੈਨਲ ਕੀ ਸਬਸਕ੍ਰਾਈਬ ਨਹੀਂ ਕੀਤੇ ਹੋ, ਮੇਰੇ ਚੈਨਲ ਕੀ ਸਬਸਕ੍ਰਾਈਬ ਕਰ ਛੱਡੋ, ਤਾਂ ਜਿਨ੍ਹਾਂ ਆਲਰੇਡੀ ਮੇਰੇ ਚੈਨਲ ਕੀ ਸਬਸਕ੍ਰਾਈਬ ਕੀਤੇ ਹੈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅੱਲਾਹ ਸੋਹਣੇ ਨੇ ਵਾਲਾ ਹੈ।